ਤੇ ਲਾਈਟ ਵੀ ਆਈ ਪਈ ਆ ਉਧਰੋਂ। 5 ਜਣੇ ਹੈਗੇ, ਇਹ ਤਾਂ ਹੁਣ ਖਿੱਚ ਦਾਣਗੇ ਥੋੜੇ ਟਾਈਮ 'ਚ। ਹੁਣ ਤਾਂ ਸਾਰੇ ਬੈਟਰੀ ਵਾਲੇ ਢੋਲਿਆਂ ਨਾਲ ਹੀ ਕਰਦੇ ਨੇ। ਸੁਪਨੇ ਵੱਡੇ ਦੇਖਣੇ ਚਾਹੀਦੇ ਆ, ਸੁਪਨੇ ਦੇਖਣ ਨਾਲ ਹੀ ਪੂਰੇ ਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ। ਆਪਾਂ ਆ ਗਏ ਸੀ ਖੇਤ, ਅੱਜ ਆਪਾਂ ਕਰਦੇ ਸੀ ਖੇਤ ਸਪਰੇ, ਅਤੇ ਲਾਈਟ ਵੀ ਆਈ ਪਈ ਆ ਉਧਰੋਂ। ਲਓ ਬਈ ਲੱਗ ਗਿਆ ਸਪਰੇ ਕਰਨ। 5 ਜਣੇ ਹੈਗੇ, ਇਹ ਤਾਂ ਹੁਣ ਖਿੱਚ ਦਾਣਗੇ ਥੋੜੇ ਟਾਈਮ 'ਚ। ਕਿੱਲੇ ਦੀਆਂ 7 ਕਟੋਲੀਆਂ ਪਾਵਾਂਗੇ। ਹੁਣ ਤਾਂ ਸਾਰੇ ਬੈਟਰੀ ਵਾਲੇ ਢੋਲਿਆਂ ਨਾਲ ਹੀ ਕਰਦੇ ਨੇ, ਹੱਥ ਵਾਲੀਆਂ ਨਾਲ ਤਾਂ ਕੋਈ ਕਰਦਾ ਹੋਊਗਾ, ਉਹਦੇ ਨਾਲ ਟਾਈਮ ਬੜਾ ਲੱਗ ਜਾਂਦਾ। ਆਹ ਆਪਣੀ ਮੋਟਰ ਚੱਲਦੀ ਹੈ, ਇਹਨਾਂ ਦੀ ਚੱਲਦੀ ਹੈ ਗਵਾਂਢੀਆਂ ਦੇ। ਜੋ ਵੀ ਆਪਣੀ ਵੀਡੀਓ ਵੇਖਦਾ ਹੈ ਤੁਹਾਡੇ ਚੋਂ ਕਮੈਂਟ ਕਰਕੇ ਦੱਸਿਓ ਵੀ ਖੇਤੀ ਕੌਣ ਕੌਣ ਕਰਦਾ ਹੈ। ਕਾਫੀ ਦੂਰ ਵੱਗ ਗਏ, ਅੱਧੇ ਘੰਟੇ 'ਚ ਅੱਧਾ ਵਾਹਨ ਕਰਤਾ, ਬਸ ਅੱਧਾ ਘੰਟਾ ਹੋਰ ਲੱਗੂ ਮੈਨੂੰ ਲੱਗਦਾ। ਆਪਾਂ ਤਾਂ ਦੇਈਏ ਆਪਣੇ ਬੂਟਿਆਂ ਨੂੰ ਪਾਣੀ। ਰੋਜ਼ ਪਾਣੀ ਦੇ ਕੇ ਜਾਂਦਾ ਬੂਟਿਆਂ ਨੂੰ। ਲਓ ਬਈ ਸਪਰੇ ਤਾਂ ਹੋ ਗਈ ਆਪਣੀ, 1.5 ਕੁ ਘੰਟਾ ਲੱਗਿਆ ਸਪਰੇ 'ਤੇ। ਇੰਨੇ ਬੰਦਿਆਂ ਨੂੰ ਤਾਂ ਕੀ ਲੱਗਦਾ। ਬਾਬਾ ਪਾਠ ਕਰੀ ਜਾਂਦਾ ਤੇ ਇੱਧਰ ਗਰਾਊਂਡ ਬਣਾਇਆ ਹੋਇਆ ਵਾਲੀਬਾਲ ਦਾ, ਇੱਥੇ ਮੁੰਡੇ ਵਾਲੀਬਾਲ ਖੇਡਦੇ ਨੇ। ਦੇ ਦੇ ਝੂਟੇ ਨੂੰ। ਕਿਹੜੀ ਗੱਡੀ ਲੈ ਕੇ ਆਏਗਾ? ਥਾਰ ਲੈ ਕੇ ਆਏਗਾ। ਛੋਟੀ ਮੋਟੀ ਨਹੀਂ ਲੈਂਦਾ? ਛੋਟੀ ਲਊਂ, ਵੱਡੀ ਲਊਂ। ਦੋ ਦੋ ਲਏਗਾ, ਡਰਾਈਵਰ ਵੀ ਰੱਖੇਗਾ? ਆਪ ਚਲਾਇਆ ਕਰੇਗਾ? ਆਪ ਚਲਾਇਆ ਕਰੂੰ। ਅੱਛਾ, ਸੁਪਨੇ ਵੱਡੇ ਦੇਖਣੇ ਚਾਹੀਦੇ ਆ, ਸੁਪਨੇ ਦੇਖਣ ਨਾਲ ਹੀ ਪੂਰੇ ਹੁੰਦੇ ਨੇ।
ਉਹਦੇ ਉੱਥੇ ਉਹ ਹੈਗਾ ਕੁਛ ਬੈਠਾ ਹੋਊਗਾ ਉੱਥੇ ਘਾਹ ਵਾਲਾ ਵੱਡਾ ਹੋਇਆ ਪਿਆ ਘਰੇ ਚੱਲੀਏ ਹੁਣ ਆਪਾਂ ਹਨੇਰਾ ਹੋ ਗਿਆ ਚਲੋ ਚੱਲੀਏ ਉਹਦੇ ਤਾਂ ਨਹੀਂ ਰਹਿਣਾ ਹੋਣਾ।